ਪਿਛਲੇ ਐਤਵਾਰ ਨੂੰ ਦੀਵਾਲੀ ਸੀ ਅਤੇ ਇਸ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਰੈੱਡ ਐਫ ਐਮ ਦੀਵਾਲੀ ਧਮਾਕਾ ਨਾਂ ਦਾ ਸ਼ਾਨਦਾਰ ਪ੍ਰੋਗਰਾਮ ਹੋਇਆ। ਸਰੀ ਅਤੇ ਕੈਲਗਰੀ ਦੋਨਾਂ ਹੀ ਰੈੱਡ ਐਫ ਐਮ ਸਟੇਸ਼ਨਾਂ ਵੱਲੋਂ ਪ੍ਰੋਗਰਾਮ ਕੀਤੇ ਗਏ। ਸਨਿਚਰਵਾਰ ਨੂੰ ਕੈਲਗਰੀ ਅਤੇ ਐਤਵਾਰ ਨੂੰ ਸਰੀ ਸੈਂਟਰਲ ਵਿਖੇ ਇਹ ਪ੍ਰੋਗਰਾਮ ਹੋਇਆ ਜਿੱਥੇ ਲੋਕਲ ਟੈਲੈਂਟ ਨੇ ਪਰਫੋਰਮ ਕੀਤਾ। ਇਸ ਦੇ ਨਾਲ ਨਾਲ ਰੈੱਡ ਐਫ ਐਮ ਦੇ ਵਿਸ਼ੇਸ਼ ਸੱਦੇ ਦੇ ਉੱਤੇ ਹਰਜੀਤ ਹਰਮਨ ਪੰਜਾਬ ਤੋਂ ਪਹੁੰਚੇ ਹੋਏ ਸਨ, ਸੋ ਉਹਨਾਂ ਨੇ ਖੂਬ ਰੰਗ ਬੰਨਿਆ। ਇਹਨਾਂ ਸਟੇਜਾਂ ਦੇ ਉੱਤੇ ਡਰਾ ਵੀ ਕੱਢੇ ਗਏ, ਕਈ ਗਿਫਟਸ ਕੱਢੇ ਗਏ ਅਤੇ ਜਿਹੜਾ ਗ੍ਰੈਂਡ ਪ੍ਰਾਈਜ਼ ਡਰਾ ਸੀ $10,000 ਦਾ, ਉਹ ਤੀਰਥ ਸਿੰਘ ਕੰਗ ਹੋਣਾ ਨੇ ਜਿੱਤਿਆ। ਅਸੀਂ ਇਹਨਾਂ ਸਾਰਿਆਂ ਨੂੰ ਹੀ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਪੇਸ਼ ਕਰਦੇ ਹਾਂ ਸਰੀ ਰੈੱਡ ਐਫ ਐਮ ਦੀਵਾਲੀ ਧਮਾਕਾ ਦੀਆਂ ਕੁਝ ਝਲਕਾਂ। Now, you'll spin the wheel, each contestant. Well, congratulations and happy Diwali. Thank you all. Happy Diwali and Pandit Joshi. Thank you very much. ਗੁਰੂਆਂ ਪੀਰਾਂ ਦੀ ਰਹਿਮਤ ਇਹ ਰਹੀ ਕਿ ਇਹੋ ਜਿਹੇ ਪੰਜਾਬ ਉਜਾੜਨ ਵਾਲਿਆਂ ਨੇ ਆਪਣਾ ਜ਼ੋਰ ਪੂਰਾ ਲਾ ਕੇ ਰੱਖਿਆ, ਪਰ ਆ ਸਾਰਾ ਪੰਜਾਬ ਸਾਡਾ ਵਸ ਗਿਆ। ਕੈਨੇਡਾ ਦੇ ਵਿੱਚ ਸਾਡਾ ਪੰਜਾਬ, ਅਮਰੀਕਾ ਦੇ ਵਿੱਚ ਸਾਡਾ ਪੰਜਾਬ। ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਅੱਜ ਵੀ ਵਸ ਹੈ। ਦਿਲ ਦੀ ਦੱਸ ਸੱਜਣਾ ਵੇ ਤੁਸਰਾ ਰਿਹਾ ਚੱਕੀ ਰੱਖਿਆ।
ਦਿਲ ਦੀ ਦੱਸ ਸੱਜਣਾ ਟੁੱਟਦਾ ਰਿਹਾ ਜਗੀਰ ਰੱਖਿਆ ਤੋ ਸੋਹਣੀ ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ।